ਤੁਸੀਂ ਦੇਖੋ ਵੀ ਇੱਥੇ ਤਾਂ ਜਿਹੜਾ ਕੁੜੀਆਂ ਨੂੰ ਦੋ ਕਰਮਨੀ ਪਾਸੇ ਜਾਣ ਦਿੰਦੇ ਉੱਥੇ ਜਾ ਚੜਾ ਕੇ ਤੇ ਬੇਫਿਕਰ ਹੋ ਜਾਂਦੇ ਆ ਔਰ ਉੱਥੇ ਬਹੁਤ ਮਾੜਾ ਟ੍ਰੈਂਡ ਹੈ ਕੁੜੀਆਂ ਦੇ ਨਾਲ ਬਹੁਤ ਮਾੜਾ ਟ੍ਰੈਂਡ ਚੱਲਿਆ ਹੋਇਆ ਉੱਥੇ ਮਤਲਬ ਕਿ ਜੇ ਤੁਸੀਂ ਆਪਦੇ ਅੱਖੀ ਵੇਖ ਲਓ ਨਾ ਤੁਸੀਂ ਨਹੀਂ ਕਹਿ ਸਕਦੇ ਵੀ ਇਹ ਦੇਸ਼ ਚੰਗਾ ਹੈ ਕਿਉਂਕਿ ਮੇਰੇ ਕੋਲ ਹਰ ਰੋਜ਼ ਨਾ ਬੱਚੇ ਬਾਹਰਲੇ ਦੇਸ਼ਾਂ 'ਚੋਂ ਮੁੜ ਕੇ ਸਾਡੇ ਕੋਲ ਹੁਣ ਪੜ੍ਹਨ ਆਉਂਦੇ ਆ ਕਹਿੰਦੇ ਅਸੀਂ ਉੱਥੇ ਹੀ 4 ਸਾਲ ਲਾਇਆ ਆਉਂਦੇ ਠੀਕ ਹੈ ਮੈਂ ਕਿਹਾ ਵੀ ਕੀ ਰਿਹਾ ਅਰਜਾਨ ਕੀ ਰਿਹਾ ਕਹਿੰਦੇ ਜੀ ਨਹੀਂ ਕੋਈ ਫਾਇਦਾ ਨਹੀਂ ਇਹ ਦੇਸ਼ ਚੰਗਾ ਹੈ ਇਹ ਦੇਸ਼ ਚੰਗਾ ਹੈ ਉਹਨਾਂ ਨਾਲੋਂ ਕੰਮ ਨਹੀਂ ਹੈਣੀ ਆਬਾਦੀ ਹੈਣੀ ਆਪਣਾ ਕਲਚਰ ਹੈਣੀ ਤਾਂ ਤੁਸੀਂ ਸਰਵਾਈਵ ਕਿਵੇਂ ਕਰੋਗੇ ਜੀ ਅਗਰ ਤੁਹਾਡੀ ਆਤਮਾ ਹੀ ਨਾ ਖੁਸ਼ ਹੋਈ ਤਾਂ ਫਿਰ ਉਸ ਦੇਸ਼ ਦੇ ਵਿੱਚ ਸਰਵਾਈਵ ਕਿਵੇਂ ਕਰੂਗਾ ਬੰਦਾ ਇਸ ਕਰਕੇ ਜਿਹੜਾ ਇਹ ਰੁਝਾਨ ਨਹੀਂ ਠੀਕ ਹੈ ਇੱਥੇ ਕੰਮ ਬਹੁਤ ਹੈ ਜੀ ਕੰਮ ਮਿਲੂਗਾ ਇੱਥੇ ਕੋਈ ਬੰਦਾ ਭੁੱਖਾ ਨਹੀਂ ਹਿੰਦੁਸਤਾਨ 'ਚ ਮਰਦਾ ਇੰਨੀ ਜਰਖੇਜ਼ ਭੂਮੀ ਹੈ ਪੰਜਾਬ ਦੀ ਔਰ ਪੂਰੇ ਭਾਰਤ ਦੇ ਵਿੱਚ ਅਨਾਜ ਪੈਦਾ ਹੁੰਦਾ ਪੂਰੇ ਵਰਲਡ ਦੇ ਵਿੱਚ ਇਸ ਤਰ੍ਹਾਂ ਦੀ ਧਰਤੀ ਨਹੀਂ ਹੈਗੀ ਵੀ ਜਿੱਥੇ ਇੰਨਾ ਅਨਾਜ ਪੈਦਾ ਹੁੰਦਾ ਹੋਵੇ ਤੁਸੀਂ ਦੇਖੋ ਜੀ 5,000 ਕਿੱਲੇ ਵਾਲਾ ਆਸਟ੍ਰੇਲੀਆ 'ਚ ਜਿਹੜਾ ਨਾ ਅੰਗਰੇਜ਼ ਭੁੱਖਾ ਮਰਦਾ ਜ਼ਿਮੀਂਦਾਰ ਹੈ ਜਿਹੜਾ ਅਗਰ 10,000 ਕਿੱਲਾ ਪੈਲੀ ਜ਼ਮੀਨ ਦੀ ਖੇਤੀ ਕਰਦਾ ਉਹ ਤਾਂ ਜਾ ਕੇ ਜਿਵੇਂ ਆਪਣੀ ਟੈਂਡ ਫੋੜੀ ਨਹੀਂ ਹੁੰਦੀ 5-7 ਕਿੱਲਿਆਂ ਵਾਲੇ ਦੀ ਪੂਰੀ ਹੁੰਦੀ ਉਵੇਂ ਜਾ ਕੇ 10,000 ਵਾਲੇ ਕਿੱਲੇ ਅੰਗਰੇਜ਼ ਦੀ ਹੁੰਦੀ ਆ ਉੱਥੇ ਉੱਥੇ ਵੀ ਆਹੀ ਤੰਦ ਤਾਣੇ ਆ ਕਦੇ ਕੋਈ ਚੀਜ਼ ਖਰਾਬ ਹੋ ਗਈ ਕਦੇ ਸੰਦ ਲੈਣਾ ਪਿਆ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਹੈ ਕਿਉਂਕਿ ਜਿਹੜੇ ਬੰਦੇ ਉਹਦੇ ਵਿੱਚ ਗੋ ਥਰੂ ਹੋ ਕੇ ਆਏ ਆ ਬੰਦੇ ਉਹ ਜਦੋਂ ਸਾਡੇ ਨਾਲ ਗੱਲਾਂ ਕਰਦੇ ਦੇਖੋ ਜੀ ਉੱਥੋਂ ਦੀ ਸੱਚਾਈ ਨਹੀਂ ਕੋਈ ਦੱਸਦਾ ਲੇਕਿਨ ਇਹ ਹੈ ਵੀ ਜਿਹੜੇ ਸਿਆਣੇ ਬੰਦੇ ਜਦੋਂ ਹੋ ਕੇ ਮੁੜਦੇ ਆ ਨਾ ਉਹ ਦੱਸਦੇ ਆ ਵੀ ਨਹੀਂ ਯਾਰ ਉੱਥੇ ਤਾਂ ਬਹੁਤ ਜਿਹੜਾ ਨਹੀਂ ਠੀਕ ਹੈਗਾ ਬਾਕੀ ਜਿੱਥੇ ਬੰਦਾ ਜਿਸ ਧਰਤੀ ਤੇ ਜੰਮਿਆ ਜਾਇਆ ਹੋਵੇ ਨਾ ਜੀ ਉੱਥੇ ਤਰੱਕੀ ਕਰਨੀ ਸੌਖੀ ਹੁੰਦੀ ਹੈ ਜਿੱਥੇ ਆਪਾਂ ਜੰਮੇ ਜਾਏ ਨਹੀਂ ਆਪਾਂ ਕੋਈ ਜਾਣਦਾ ਨਹੀਂ ਉੱਥੇ ਤਰੱਕੀ ਕਰਨੀ ਕਿੰਨੀ ਔਖੀ ਹੈ ਆਪਾਂ ਦੇਖ ਲੈਂਦੇ ਹਾਂ ਉਹਨਾਂ ਲੋਕਾਂ ਵੱਲ ਵੀ ਆਹ ਬੰਦਾ ਯਾਰ MP ਬਣ ਗਿਆ ਅਮਰੀਕਾ 'ਚ ਜਾ ਕੇ ਜਾਂ ਕੈਨੇਡਾ ਦੇ ਵਿੱਚ ਪਰ ਤੁਸੀਂ ਇਹ ਵੀ ਵੇਖੋ ਨਾ ਉਹਨਾਂ ਦੀਆਂ ਪੁਸ਼ਤਾਂ ਵੀ 3 ਲੱਗ ਗਈਆਂ ਉਹਨਾਂ ਦੇ 50-50 ਸਾਲ ਪਹਿਲਾਂ ਪਿਓ ਦਾਦੇ ਗਏ ਆ ਉਹ ਤਾਂ ਜਾ ਕੇ ਐਡਜਸਟ ਹੋਏ ਆ ਉੱਥੇ ਲੋਕ ਅੱਜ ਹੀ ਕਹਿੰਦੇ ਵੀ ਪਲੱਸ 2 ਵਾਲਾ ਬੱਚਾ ਸਾਡਾ MP ਬਣ ਜੇ ਜਾਂ ਉੱਥੇ ਨੌਕਰੀ ਲੱਗ ਜੇ ਜਾ ਕੇ ਇਹ ਸੰਭਵ ਨਹੀਂ ਹੈਗਾ ਆਪਦਾ ਦੇਸ਼ ਦੇ ਲਈ ਹੁਣ ਤੁਸੀਂ ਦੇਖੋ ਚੰਗਾ ਦਿਮਾਗ ਜੇ ਪਾਸੇ ਜਾਊਗਾ ਤਾਂ ਫਿਰ ਭਾਰਤ ਦੇ ਵਿੱਚ ਕ੍ਰਿਮੀਨਲ ਲੋਕ ਰਹਿ ਜਾਣਗੇ ਸਾਰੇ ਚੰਗੇ ਚੰਗੇ ਉੱਧਰ ਭੱਜ ਕੇ ਤਾਂ ਇਸ ਕਰਕੇ ਇੱਥੇ ਹੀ ਲੋਕਾਂ ਨੂੰ ਆਪਦੀ ਮਿਹਨਤ ਕਰਕੇ ਬੜੇ ਮੌਕੇ ਆ ਜੀ ਆਹ ਦੇਖੋ ਗਰੀਬ ਘਰਾਂ ਦੇ ਸਾਰੇ ਬੱਚੇ ਕੱਲ੍ਹ ਰਿਜ਼ਲਟ ਆਇਆ ਜੱਜ ਦਾ ਸਾਰੇ ਗਰੀਬ ਘਰਾਂ ਦੇ ਬੱਚੇ ਸਿਲੈਕਟ ਹੋਏ ਆਪਾਂ ਕਹਿੰਦੇ ਹਾਂ ਵੀ ਇਹ ਹੋ ਨਹੀਂ ਸਕਦਾ ਸੰਭਵ ਨਹੀਂ ਹੋ ਸਕਦਾ ਕੋਈ ਆਟੋ ਚਲਾਉਂਦਾ ਕਿਸੇ ਦਾ ਡੈਡੀ ਕਿਸੇ ਦਾ ਡੈਡੀ ਖੇਤੀ ਕਰਦਾ ਕਿਸੇ ਦਾ ਮਾਂ ਭਾਂਡੇ ਮਾਂਜ ਦੀ ਲੋਕ ਉਹਨਾਂ ਦੀਆਂ ਕੁੜੀਆਂ ਜੱਜ ਲੱਗੀਆਂ ਇਸ ਦੇਸ਼ ਦੇ ਵਿੱਚ ਤਾਂ ਮੇਰੇ ਖਿਆਲ ਬਾਹਲੀ ਉੱਨਤੀ ਆ ਦੂਜੇ ਦੇਸ਼ਾਂ ਨਾਲੋਂ ਪਰ ਰੌਲਾ ਇਸ ਗੱਲ ਦਾ ਸਰਕਾਰਾਂ ਸਿਹਰਦ ਨਹੀਂ ਹੈਗੀਆਂ ਜੇ ਸਰਕਾਰਾਂ ਸਿਹਰਦ ਹੋ ਜਾਣ ਤਾਂ ਮੇਰੇ ਖਿਆਲ ਦੇ ਵਿੱਚ ਲੋਕ ਇੱਥੇ ਆਉਣ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਵੀ ਲੋਕ ਗੋਰੇ ਇੱਥੇ ਆਉਣ ਪਰ ਰੌਲਾ ਵੀ ਇੱਥੇ ਜਿਹੜਾ ਸਿਸਟਮ ਮਾੜਾ ਕਿਉਂਕਿ ਸਰਕਾਰ ਦੇ ਸੂਟ ਨਹੀਂ ਕਰਦਾ ਚੰਗਾ ਸਿਸਟਮ ਕਿਉਂਕਿ ਉਹਨੂੰ ਫਿਰ ਉਹ ਉਵੇਂ ਚੱਲਣਾ ਪੈਂਦਾ ਲੋਕਾਂ ਤਰ੍ਹਾਂ ਬੇਸਿਕਲੀ ਲੋਕ ਹੀ ਜਿਹੜੀ ਮਨਸ਼ਾ ਲੋਕਾਂ ਦੀ ਇਹ ਨਹੀਂ ਠੀਕ ਰਹੇਗੀ ਇਹਨੂੰ ਠੀਕ ਕਰਨ ਦੀ ਲੋੜ ਹੈ ਅਤੇ ਭਾਰਤ ਵਰਗਾ ਕੋਈ ਦੇਸ਼ ਨਹੀਂ ਭਾਰਤ ਵਰਗਾ ਕੋਈ ਦੇਸ਼ ਹਾਂਜੀ ਜਿਵੇਂ ਤੁਸੀਂ ਭਾਰਤ ਵਰਗਾ ਕੋਈ ਦੇਸ਼ ਨਹੀਂ ਹੁਣ ਇੱਕ ਗੱਲ ਆ ਵੀ ਇੱਥੇ ਤਾਂ ਆਪਣੇ ਕੋਲ ਬਣਿਆ ਬਣਾਇਆ ਲਗਭਗ ਹਰ ਬੰਦੇ ਕੋਲ ਛੋਟਾ ਮੋਟਾ ਆਪਦਾ ਘਰ ਵੀ ਹੈਗਾ ਉੱਥੇ ਉਹ ਜਾਣ ਸਾਰ ਪਹਿਲਾਂ ਤਾਂ ਐਂ ਹੁੰਦਾ ਜੀ 8 ਲੱਖ ਡਾਲਰ ਦਾ ਘਰ ਹੈ ਜੀ ਇੱਥੇ 7 ਲੱਖ ਡਾਲਰ ਦਾ ਘਰ ਹੈ ਹੈ ਨਾ ਵੀ ਇੱਥੇ ਸਾਰਾ ਕੁਛ ਹੈਗਾ ਇੱਥੇ ਸਾਰਾ ਕੁਛ ਹੁੰਦਾ ਹੋਇਆ ਛੱਡ ਕੇ ਉੱਥੇ ਜਾ ਕੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨੀ ਤਾਂ ਮੈਨੂੰ ਲੱਗਦਾ ਇੱਕ ਪੀੜ੍ਹੀ ਤਾਂ ਇਹ ਕੰਮ 'ਚ ਹੀ ਲੰਘ ਜਾਂਦੀ ਹੋਊਗੀ ਵੀ ਆਹ ਘਰ ਬਣਾਉਣ ਦੇ ਵਿੱਚ ਕਾਰਾਂ ਬਣਾਉਣ ਦੇ ਵਿੱਚ ਇੱਕ ਪੀੜ੍ਹੀ ਤਾਂ ਇੱਥੇ ਖਤਮ ਹੋ ਜਾਂਦੀ ਹੈ ਇਹ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਸੀ ਰਾਤੋਂ ਰਾਤ ਬਦਲਾ ਆਜੂਗਾ ਤਾਂ ਮੈਂ ਪਿੱਛੇ ਗੱਲ ਕੀਤੀ ਹੈ ਵੀ 20-30 ਸਾਲ ਨਾ ਛੋਟੀ ਉਮਰ 'ਚ ਬੱਚੇ ਦਾ ਬਾਪ ਮਰ ਜੇ ਨਾ ਜੀ ਅਤੇ ਘਰ ਨਹੀਂ ਉੱਠਦਾ ਆਪਾਂ ਕਹਿੰਦੇ ਵੀ ਘਰ ਦਾ ਬੇੜਾ ਬਹਿ ਗਿਆ ਬੰਦਾ ਜਾਂਦਾ ਰਿਹਾ ਕਰੋ ਹੁਣ ਇਹ ਘਰ 20-30 ਸਾਲਾਂ ਤੱਕ ਬਾਲ ਹੋਊਗਾ